ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ ਦੀ ਇੱਕ ਵੱਡੀ ਇਕੱਤਰਤਾ ਸੀਟੂ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਜਗਦੀਸ਼ ਚੰਦ ਦੀ ਅਗਵਾਈ ਹੇਠ ਗਿੱਲ ਰੋਡ ਸਥਿਤ ਲੇਬਰ ਦਫ਼ਤਰ ਦੇ ਬਾਹਰ ਹੋਈ, ਜਿੱਥੇ ਮਜ਼ਦੂਰ ਜਮਾਤ ਦੇ ਲੋਕਾਂ ਵੱਲੋਂ ਆਪਣੀਆਂ ਬੁਨਿਆਦੀ ਅਤੇ ਹੱਕੀ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ। ਕਾਮਰੇਡ ਜਗਦੀਸ਼ ਚੰਦ ਨੇ ਦੱਸਿਆ ਕਿ ਮਜ਼ਦੂਰ ਜਮਾਤ ਦਾ ਇਹ ਵੱਡਾ ਇਕੱਠ ਗਿਆਸਪੁਰਾ ਤੋਂ ਮਾਰਚ ਕਰਦੇ ਹੋਏ 8 ਫਰਵਰੀ ਤੋਂ ਆਪਣੇ ਵੱਲੋਂ ਦਿੱਤੇ ਗਏ ਮੰਗ ਪੱਤਰ ਦੀ ਤਾਰੀਖ ਤੇ ਲੇਬਰ ਦਫ਼ਤਰ ਪੁੱਜਿਆ। ਉਹਨਾਂ ਦੱਸਿਆ ਕਿ ਇਸ ਮੰਗ ਪੱਤਰ ਵਿੱਚ ਮਜ਼ਦੂਰ ਜਮਾਤ ਦੀਆਂ ਉਹ ਬੁਨਿਆਦੀ ਅਤੇ ਹੱਕੀ ਮੰਗਾਂ ਹਨ ਜਿਨ੍ਹਾਂ ਨੂੰ ਲੇਬਰ ਅਫਸਰ ਅਤੇ ਕਾਰਖਾਨੇਦਾਰ ਵੀ ਸਹੀ ਮੰਨਦੇ ਹਨ, ਪਰ ਉਸ ਨੂੰ ਲਾਗੂ ਕਰਨ ਵਿੱਚ ਹਮੇਸ਼ਾ ਹੀ ਢਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਜਗਦੀਸ਼ ਚੰਦ, ਜਨਰਲ ਸੈਕਟਰੀ CITU ਲੁਧਿਆਣਾ। ਅੱਜ ਅਸੀਂ CITU ਦੀ ਅਗਵਾਈ ਦੇ ਵਿੱਚ ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ ਵੱਲੋਂ ਆਪਦੇ ਦਿੱਤੇ ਮੰਗ ਪੱਤਰ 'ਤੇ ਤਾਰੀਖ ਦੇ ਲਈ ਆਏ ਹਾਂ। ਅੱਜ ਸਾਡੀ ਮੰਗ ਪੱਤਰ ਦੇ ਉੱਤੇ ਗੱਲਬਾਤ ਹੈ। ਅੱਜ ਸਾਡੇ ਵਰਕਰ ਵੱਡੀ ਗਿਣਤੀ ਦੇ ਵਿੱਚ ਗਿਆਸਪੁਰੇ ਤੋਂ ਲੈ ਕੇ ਲੇਬਰ ਦਫ਼ਤਰ ਤੱਕ ਮਾਰਚ ਕਰਕੇ ਨਾਅਰੇ ਲਾਉਂਦੇ ਹੋਏ ਇੱਥੇ ਰੋਹ ਭਰਪੂਰ ਧਰਨਾ ਦੇ ਰਹੇ ਨੇ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਲਗਭਗ 8 ਫਰਵਰੀ ਤੋਂ ਅਸੀਂ ਆਪਦਾ ਮੰਗ ਪੱਤਰ ਦਿੱਤਾ ਹੋਇਆ। ਉਹ ਮੰਗ ਪੱਤਰ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਬਹੁਤ ਹੀ ਹੱਕੀ ਅਤੇ ਜਾਇਜ਼ ਮੰਗਾਂ ਨੇ। ਨਾ ਮਾਲਕ ਇਸ ਗੱਲ ਤੋਂ ਮੁੱਕਰਦੇ ਨੇ ਕਿ ਕੋਈ ਮੰਗ ਸਾਡੀ ਗਲਤ ਹੈ, ਅਤੇ ਨਾ ਹੀ ਲੇਬਰ ਅਫਸਰ ਸਾਹਿਬ ਇਸ ਗੱਲ ਤੋਂ ਮੁਨਕਰ ਨੇ ਕੋਈ ਅਸੀਂ ਗਲਤ ਮੰਗ ਕਰ ਰਹੇ ਹਾਂ। ਪਰ ਬੜੇ ਅਫਸੋਸ ਦੀ ਗੱਲ ਹੈ, ਅੱਤ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਾਡੀਆਂ ਮੰਗਾਂ ਮੰਨਣ ਦੀ ਥਾਂ 'ਤੇ ਮਾਲਕ ਲਗਾਤਾਰ ਅਨਫੇਅਰ ਲੇਬਰ ਪ੍ਰੈਕਟਿਸ ਵਧਾ ਰਹੇ ਨੇ। ਸਾਡੇ ਸਾਥੀਆਂ ਨੂੰ ਧੱਕੇ ਦੇ ਨਾਲ ਬਦਲਾ ਲਓ ਕਾਰਵਾਈ ਦੇ ਅਧੀਨ ਉਹਨਾਂ ਨੂੰ ਡਿਪਾਰਟਮੈਂਟਾਂ ਦੇ ਤੌਰ 'ਤੇ ਬਦਲੀਆਂ ਕੀਤੀਆਂ ਜਾ ਰਹੀਆਂ ਨੇ। ਮੰਗ ਕੀ ਤੁਹਾਡੀ? ਸਾਡੀਆਂ ਮੰਗਾਂ ਨੇ ਘੱਟੋ ਘੱਟ ਉਜਰਤਾਂ ਦੇ ਵਿੱਚ ਜਿਹੜੀਆਂ ਅਸੀਂ ਲੈ ਰਹੇ ਹਾਂ ਉਹਨਾਂ 'ਚ ਘੱਟੋ ਘੱਟ 20% ਦਾ ਵਾਧਾ ਕੀਤਾ ਜਾਵੇ, ਸਾਡੇ ਬੋਨਸ ਦੇ ਵਿੱਚ ਵਾਧਾ ਕੀਤਾ ਜਾਵੇ, ਜਿਹੜੀ ਸਾਡੇ ਰਹਿਣ ਸਹਿਣ ਦੇ ਹਾਲਤ ਨੇ ਉਹਨਾਂ ਨੂੰ ਬਿਹਤਰ ਕੀਤਾ ਜਾਵੇ, ਜਿਹੜੀ ਅਸੀਂ 8% ਇੰਕਰੀਮੈਂਟ ਲੈਂਦੇ ਹਾਂ ਉਹਦੇ 'ਚ ਵਾਧਾ ਕੀਤਾ ਜਾਵੇ। ਅਤੇ ਸਾਡੀ ਸਭ ਤੋਂ ਵੱਡੀ ਮੰਗ ਹੈ ਕਿ ਫੈਕਟਰੀ ਦੇ ਵਿੱਚ ਮਾਲਕ ਨੇ ਜਿਹੜੇ ਉਹ ਠੇਕੇਦਾਰੀ ਪ੍ਰਥਾ ਨੂੰ ਅਤੇ ਆਊਟਸੋਰਸਿੰਗ ਨੂੰ ਬੜਾਵਾ ਦੇ ਰਹੇ ਨੇ। ਅਸੀਂ ਚਾਹੁੰਦੇ ਹਾਂ ਹਰ ਵਰਕਰ ਜਿਹੜਾ ਉਹ ਫੈਕਟਰੀ ਦੇ ਵਿੱਚ ਲੱਗੇ ਉਹ ਰੈਗੂਲਰ ਤੌਰ 'ਤੇ ਕੰਮ ਕਰੇ, ਠੇਕੇਦਾਰੀ ਪ੍ਰਥਾ ਖਤਮ ਹੋਵੇ, ਜਿਹੜੇ ਕੈਜੂਅਲ ਵਰਕਰ ਨੇ ਉਹਨਾਂ ਨੂੰ 6 ਮਹੀਨੇ ਤੋਂ ਬਾਅਦ ਰੈਗੂਲਰ ਕੀਤਾ ਜਾਵੇ। ਅਗਰ ਨਹੀਂ ਮੰਗਾਂ ਮੰਨਦੇ ਅਗਲਾ ਕੀ ਹੋਵੇ ਤਾਂ ਅਗਲਾ ਨਾਰਾ ਸਾਡਾ ਸਪਸ਼ਟ ਹੈ ਕਿ ਅਸੀਂ 8 ਘੰਟੇ ਕੰਮ ਪੇ, 16 ਘੰਟੇ ਸੰਗਰਾਮ ਪੇ, ਇਹ ਨਾਰੇ ਦੇ ਨਾਲ ਸੰਘਰਸ਼ ਨੂੰ ਤਿੱਖਾ ਕਰਾਂਗੇ। ਅਤੇ ਸਾਰੇ ਪੰਜਾਬ ਦੀ CITU ਸਾਡੇ ਅੰਗ ਸੰਗੀ ਨਹੀਂ ਸਾਡੀ ਅਗਵਾਈ ਕਰੂਗੀ। ਇਸ ਚੈਨਲ ਦੇ ਜ਼ਰੀਏ ਅਸੀਂ ਮੰਗ ਅਪੀਲ ਕਰਦੇ ਹਾਂ ਸਮੁੱਚੇ ਲੁਧਿਆਣੇ ਦੀ ਮਜ਼ਦੂਰ ਜਮਾਤ ਨੂੰ ਕਿ ਉਹ ਇਹਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਜਿਹੜੇ ਸੰਘਰਸ਼ ਕਰ ਰਹੀ ਹੈ ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ, ਉਹਦੀ ਪਿੱਠ 'ਤੇ ਆਉਣ, ਉਹਦਾ ਸਾਥ ਦੇਣ। ਅਤੇ ਅਸੀਂ ਲੇਬਰ ਅਫਸਰ ਸਾਹਿਬ ਤੋਂ ਵੀ ਮੰਗ ਕਰਦੇ ਹਾਂ ਕਿ ਉਹ ਜਿਹੜੀ ਗੈਰ ਕਾਨੂੰਨੀ ਵਿਕਟੇਮਾਈਜੇਸ਼ਨ ਕਰ ਰਹੇ ਨੇ, ਸਾਡੇ ਸਾਥੀਆਂ ਦੀ ਟ੍ਰਾਂਸਫਰ ਕਰ ਰਹੇ ਨੇ, ਗੈਰ ਕਾਨੂੰਨੀ ਤੌਰ 'ਤੇ ਆਊਟਸੋਰਸਿੰਗ ਦੇ ਨੋਟਿਸ ਲਾ ਰਹੇ ਨੇ, ਇੱਥੋਂ ਤੱਕ ਕਿ ਉਹ ਸਾਡੇ ਵਰਕਰਾਂ ਦੀ ਨੂੰ ਤੰਗ ਕਰਨ ਦੇ ਲਈ ਵੀਕਲੀ ਰੈਸਟ ਨਹੀਂ ਦੇ ਰਹੇ, ਗੈਰ ਕਾਨੂੰਨੀ ਓਵਰ ਟਾਈਮ ਲਵਾ ਰਹੇ ਨੇ। ਇਹਦੇ ਖਿਲਾਫ਼ ਮਾਲਕਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਨੇ ਦਖਲ ਦੇ ਕੇ ਉਹ ਪੂਰੀਆਂ ਕਰਾਉਣ। ਇੰਨਾ ਕਹਿੰਦੇ ਹੋਏ ਜੈ ਜਨਤਾ, ਜੈ ਸੰਘਰਸ਼। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਕਮਲਪ੍ਰੀਤ ਗਰਚਾ ਦੇ ਨਾਲ ਹੌਕਸ.ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।